ਤਸਵੀਰਾਂ ਦੇ ਵਿੱਚ ਦੇਖ ਰਹੀ ਇਹ ਔਰਤ ਆਪਣੇ ਆਪ ਨੂੰ ਸ਼ਹੀਦ ਸ਼ੁਭਕਰਨ ਸਿੰਘ ਦੀ ਮਾਂ ਦੱਸ ਰਹੀ ਹੈ। ਇਸ ਦਾ ਕਹਿਣਾ ਹੈ ਕਿ 13 ਸਾਲਾਂ ਤੋਂ ਅੱਡ ਰਹਿ ਰਹੀ ਸੀ ਪਰਿਵਾਰ ਤੋਂ, ਇਸ ਦਾ ਤਲਾਕ ਹੋ ਚੁੱਕਾ ਹੈ। ਪਟਿਆਲਾ ਹਸਪਤਾਲ ਪਹੁੰਚ ਕੇ ਇਸ ਨੇ ਮੀਡੀਆ ਨੂੰ ਸੰਬੋਧਨ ਕੀਤਾ ਹੈ ਤੇ ਦੱਸ ਦਈਏ ਕਿ ਮਾਂ ਨੇ ਸ਼ੁਭ ਦੇ ਅੰਤਿਮ ਸੰਸਕਾਰ ਦੀ ਮੰਗ ਕੀਤੀ ਹੈ। ਆਪਣੇ ਆਪ ਨੂੰ ਇਹ ਔਰਤ ਮਾਂ ਦੱਸ ਰਹੀ ਹੈ, ਇਹ ਇੰਨੇ ਭਰੋਸੇ ਦੇ ਨਾਲ ਕਹਿ ਰਹੀ ਹੈ। ਇਸਦਾ ਇਹ ਵੀ ਕਹਿਣਾ ਕਿ ਪਿੰਡੋਂ ਜਾ ਕੇ ਤੁਸੀਂ ਪਤਾ ਕਰ ਸਕਦੇ ਹੋ। ਹਾਲਾਂਕਿ ਸ਼ੁਭ ਦੇ ਪਰਿਵਾਰ ਦਾ ਇਹ ਕਹਿਣਾ ਸੀ ਕਿ ਉਸਦੇ ਮਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਦੋਨਾਂ ਦੇ ਵਿੱਚ ਉਹ ਸੱਚ ਕੌਣ ਬੋਲ ਰਿਹਾ ਹੈ ਇਹ ਤਾਂ ਪੜਤਾਲ ਤੋਂ ਬਾਅਦ ਹੀ ਪਤਾ ਚੱਲੇਗਾ। ਪੰਚਾਇਤ ਦੇ ਰਾਜ਼ੀਨਾਮੇ ਦੇ ਨਾਲ ਤਲਾਕ ਹੋਇਆ ਸੀ ਇਸ ਔਰਤ ਦਾ ਕਹਿਣਾ ਹੈ, ਜੋ ਕਿ ਆਪਣੇ ਆਪ ਨੂੰ ਸ਼ਹੀਦ ਸ਼ੁਭਕਰਨ ਸਿੰਘ ਦੀ ਮਾਂ ਦੱਸ ਰਹੀ ਹੈ। ਦਰਅਸਲ 21 ਤਰੀਕ ਨੂੰ ਸ਼ੁਭਕਰਨ ਸਿੰਘ ਦੇ ਸਿਰ ਦੇ ਵਿੱਚ ਸੱਟ ਲੱਗਣ ਦੇ ਕਾਰਨ ਉਸਦੀ ਮੌਤ ਹੋ ਗਈ ਸੀ, ਜੋ ਕਿ 13 ਫਰਵਰੀ ਤੋਂ ਲਗਾਤਾਰ ਕਿਸਾਨੀ ਅੰਦੋਲਨ ਦੇ ਵਿੱਚ ਨਾਲ ਸੀ, ਮੂਹਰੇ ਮੂਹਰੇ ਸੀ ਕਿਸਾਨੀ ਅੰਦੋਲਨ ਦੇ। ਤਾਂ ਉਸ ਸ਼ੁਭਕਰਨ ਸਿੰਘ ਦੀ ਜਦ ਮੌਤ ਹੁੰਦੀ ਹੈ, ਜਿਸ ਤੋਂ ਬਾਅਦ ਪਰਿਵਾਰ ਸਾਹਮਣੇ ਆਉਂਦਾ ਹੈ, ਪਰਿਵਾਰ ਦੇ ਵੱਲੋਂ ਇਹ ਬਿਆਨ ਦਿੱਤੇ ਜਾਂਦੇ ਨੇ ਕਿ ਸ਼ੁਭਕਰਨ ਸਿੰਘ ਦੀ ਮਾਂ ਨਹੀਂ ਹੈ ਅਤੇ ਪਿਤਾ ਦਿਮਾਗੀ ਰੂਪ ਤੋਂ ਕਮਜ਼ੋਰ ਹੈ। ਅਤੇ ਅੱਜ CM ਮਾਨ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਸ਼ੁਭਕਰਨ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਉਸਨੂੰ 1 ਕਰੋੜ ਦੀ ਪਰਿਵਾਰ ਨੂੰ ਸਹਾਇਕ ਰਾਸ਼ੀ ਦਿੱਤੀ ਜਾਊਗੀ ਅਤੇ ਸ਼ੁਭਕਰਨ ਦੀ ਭੈਣ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਊਗੀ। ਜਿਸ ਤੋਂ ਬਾਅਦ ਹੁਣ ਪਟਿਆਲਾ ਹਸਪਤਾਲ ਦੇ ਬਾਹਰ ਸ਼ੁਭਕਰਨ ਦੀ ਮਾਂ ਆਪਣੇ ਆਪ ਨੂੰ ਕਹਿਣ ਵਾਲੀ ਇਹ ਔਰਤ ਸਾਹਮਣੇ ਆਈ ਹੈ, ਸੁਣੋ ਕੀ ਕਹਿ ਰਹੀ ਹੈ। ਤੁਹਾਡੇ ਮੁੰਡੇ ਦੀ ਜੀ ਮੌਤ ਹੋਈ ਹੈ, ਤੁਸੀਂ ਕੀ ਕਹਿਣਾ ਚਾਹੋਗੇ? ਕਿਆ ਸੰਸਕਾਰ ਹੋਣੇ ਚਾਹੀਦੇ ਨੇ? ਬਸ ਨਹੀਂ, ਤੁਸੀਂ ਆ ਕੇ ਗੱਲਬਾਤ ਕੀਤੀ ਸੀ ਸੰਸਕਾਰ? ਕੋਈ ਕਿਸੇ ਜਥੇਬੰਦੀ ਨਾਲ ਨਹੀਂ, ਅਸੀਂ ਕਿਸੇ ਨਾਲ ਨਹੀਂ, ਸਾਡੇ ਬੱਚੇ ਦਾ ਸੰਸਕਾਰ ਹੋ ਜੀ। ਤਾਂ ਤੁਸੀਂ ਕੀ ਲੱਗਦੇ ਹੋ ਜੀ ਮੁੰਡੇ ਦੇ? ਮੈਂ ਨਾਨੀ ਲੱਗਦੀ ਹਾਂ। ਸਗੇ ਨਾਨੀ ਲੱਗਦੇ ਹਾਂ। ਤੇ ਸੰਸਕਾਰ ਤੁਸੀਂ ਕਹਿੰਦੇ ਹੋ ਕਿ ਹੋਣਾ ਚਾਹੀਦਾ? ਹਾਂਜੀ। ਉਹਦੇ ਪਿੰਡ ਹੈ ਤੁਹਾਡਾ ਜੀ? ਮਹਾਰਾਜ। ਇਹ ਪਰਸੋਂ ਮੈਨੂੰ ਮੋਬਾਈਲ ਤੋਂ ਪਤਾ ਲੱਗ ਗਿਆ ਸੀ, ਪਹਿਲਾਂ ਫੋਨ ਕਰਿਆ ਸੀ ਉਹਨੇ 13 ਤਰੀਕ ਨੂੰ, ਉਹਦੇ ਉਹ ਕਹਿੰਦਾ ਸੀ ਦਿੱਲੀ ਜਾਣਾ, ਪਰਸੋਂ ਮੈਨੂੰ ਫੋਨ ਤੋਂ ਪਤਾ ਲੱਗ ਗਿਆ, ਸ਼ਾਮ ਨੂੰ ਮੈਂ ਰੋਈ ਵਿਲਕੀ ਮੇਰੇ ਟੀਕੇ ਲਵਾ ਕੇ ਪਾਤਾ ਜੀ, ਕੱਲ੍ਹ ਮੇਰੇ ਘਰ ਦੇ ਗਏ ਮੈਨੂੰ ਲਿਆ ਏ, ਕੱਲ੍ਹ ਘਰੇ ਆ ਕੇ ਮੈਂ ਫੋਨ ਲਾਇਆ, ਜਦੋਂ ਮੈਂ ਪੜ੍ਹਿਆ ਵੀ ਮੈਨੂੰ ਤੁਸੀਂ ਮਰੀ ਨਾ ਲਿਖਾਓ ਮੈਂ ਜਿਉਂਦੀ ਹਾਂ, ਉਹਨਾਂ ਨੇ ਵਾਪਸ ਮੈਨੂੰ ਜਵਾਬ ਦਿੱਤਾ ਵੀ ਤੈਨੂੰ ਅਸੀਂ ਮਰੀ ਲਿਖਾਵਾਂਗੇ। ਇਹ ਜਵਾਬ ਕਿਹਨੇ ਦਿੱਤਾ ਗਿਆ, ਕਿਹਦੇ ਵੱਲੋਂ ਕਹੀ ਗਈ? ਇਹ ਚਾਚੀ ਕਿਨੂੰ। ਅੱਛਾ ਜੀ। ਹਾਂ, ਤੇ ਉਸ ਤੋਂ ਬਾਅਦ ਹੁਣ ਜਿਹੜੀ ਸਾਰੀ ਗੱਲ ਉਹ ਪਤਾ ਲੱਗਣ ਤੋਂ ਬਾਅਦ ਤੁਸੀਂ ਉਰੇ ਪਹੁੰਚ ਕੀਤੀ ਹੈ, ਕਿਸ ਕਾਰਨ ਆਏ ਉਰੇ? ਇਹ ਤਾਂ ਸੀ ਆਪ ਫਿਰ ਮੂੰਹ ਵੇਖਣਾ ਜਦੋਂ ਮੈਨੂੰ ਪਤਾ ਲੱਗਾ ਸੀ ਪਟਿਆਲੇ ਹਸਪਤਾਲ 'ਚ ਰੱਖਿਆ ਸੀ, ਬਾਕੀ ਸਿਰੇ ਮੈਂ ਮੀਡੀਅਮ ਦੇ ਸਾਹਮਣੇ ਆਉਣਾ ਚਾਹੁੰਦੀ ਸੀ ਵੀ ਮਾਂ ਉਹਦੀ ਜਿਉਂਦੀ ਹੈ ਮਰੀ ਨੂੰ। ਕਾਰਨ ਕੀ ਰਿਹਾ ਵੀ ਤੁਹਾਨੂੰ ਮਰੀ ਦੱਸ ਰਹੇ ਨੇ, ਵਿਚਲਾ ਕਾਰਨ ਕੀ ਹੈ? ਇਹ ਵਿਚਲਾ ਕਾਰਨ ਵੀਰ ਜੀ ਵੀ ਮੇਰਾ ਕਲੇਸ਼ ਇੱਥੇ ਸੀਗਾ, ਇਹ ਦਾਰੂ ਬੁੱਟੀ ਪੀਂਦੇ ਸੀ, ਮੈਨੂੰ ਕੁੱਟਦੇ ਮਾਰਦੇ ਸੀ, ਉਦੋਂ ਬਾਅਦ ਮੇਰੇ ਮਾਤਾ ਜੀ ਮੈਨੂੰ ਲੈ ਗਏ, ਉਦੋਂ ਬਾਅਦ ਮੈਂ 4 ਸਾਲ ਬੈਠੀ ਰਹੀ, ਇਹਨਾਂ ਨੇ ਮੇਰੀ ਸੁਣਵਾਈ ਨਾ ਕਰੀ ਤੇ ਮੈਂ ਬਠਿੰਡੇ ਬੋਵਿੰਦ 'ਚ ਕੇਸ ਲਾਤਾ, ਕੇਸ ਲਾਏ ਤੋਂ ਬਾਅਦ ਤਰੀਕਾ ਤੇ ਜਾਣੋ ਹਟ ਕੇ ਮੇਰਾ ਇੱਕ ਤਰਫਾ ਹੋ ਕੇ ਕੇਸ ਟੁੱਟ ਵੀ ਮੇਰੇ ਹੱਕ 'ਚ ਬੋਲ ਪਿਆ, ਮੁੜ ਕੇ ਉਸ ਜੱਜ ਨੇ ਕਹਿਤਾ ਵੀ ਤੂੰ ਜਿੱਥੇ ਮਰਜ਼ੀ ਵਿਆਹ ਕਰਾ ਸਕਦੀ ਹੈ, ਇਹ ਮੈਨੂੰ ਘਰੇ ਰੱਖ ਨਹੀਂ ਸਕੀ। ਇਹ 12-13 ਸਾਲ ਦੀ ਗੱਲ ਹੈ, ਮਤਲਬ 12-13 ਸਾਲ ਤੋਂ ਸ਼ੁਭਕਰਨਦੀਪ ਸਿੰਘ ਤੁਹਾਡੇ ਨਾਲ ਨਹੀਂ ਰਹਿੰਦਾ? ਨਹੀਂ ਰਹਿੰਦਾ ਸੀ, ਫੋਨ ਤੇ ਗੱਲ ਹੁੰਦੀ ਸੀ, ਨਾਲ ਨਹੀਂ ਸੀ ਰਹਿੰਦਾ। ਅੱਛਾ, ਤੇ ਹੁਣ ਜਦੋਂ ਕਿੰਨਾ ਮੌਤ ਦੀ ਮੌਤ ਹੋ ਚੁੱਕੀ ਹੈ, ਕੀ ਸਮਝਦੇ ਕਿ ਉਹ ਜਥੇਬੰਦੀਆਂ ਵੱਲੋਂ ਫੈਸਲਾ ਲਿਆ ਜਾ ਰਿਹਾ ਹੈ, ਉਦੋਂ ਤੱਕ ਜਿਹੜਾ ਕਿ ਉਹਨੂੰ ਆਪਾਂ ਸ਼ਹੀਦ ਕਰਾਰ ਦਵਾਂਗੇ ਉਦੋਂ ਤੱਕ ਉਹਦਾ ਪੋਸਟਮਾਰਟਮ ਨਹੀਂ ਕੀਤਾ ਜਾਏਗਾ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ? ਨਹੀਂ ਵੀਰੇ, ਮੈਂ ਕਿਸੇ ਜਥੇਬੰਦੀ ਨਾਲ ਹੈ ਨਹੀਂ ਗੀ, ਵੀ ਜਦੋਂ ਪਹਿਲਾਂ ਇੰਨੇ ਜਥੇਬੰਦੀ ਨੇ ਪਹਿਲਾਂ ਮੈਨੂੰ ਮਾਰਤਾ, ਹੁਣ ਮੈਂ ਕਿਹਦੇ ਨਾਲ ਖੜਨਾ? ਪਹਿਲਾਂ ਨੇ ਕਿਸੇ ਨੇ ਪੁੱਛਿਆ ਹੀ ਨਹੀਂ ਮਾਂ ਜੀ ਆਉਂਦੀ ਹੈ। ਤੇ ਹੁਣ ਜਦੋਂ ਕਹਿੰਦੇ ਵੀ ਅਸੀਂ ਉਦੋਂ ਤੱਕ ਸੰਸਕਾਰ ਨਹੀਂ ਕਰਨ ਦੇਵਾਂਗੇ, ਕੀ ਮੰਗ ਕੀ ਤੁਹਾਡੀ? ਮੇਰੀ ਕੋਈ ਮੰਗ ਨਹੀਂ ਵੀਰੇ, ਮੈਨੂੰ ਆਇਆ ਵੀ ਚੱਲ ਇਹਦੀ ਮਿੱਟੀ ਵਿਚਾਰੇ ਦੀ ਉਹ ਹੋ ਜਾਏ ਤੇ ਆਪਦਾ ਬਸ ਉਹ। ਨਹੀਂ, ਮਿੱਟੀ ਹੋ ਜਾਏ ਜਾਂ ਇਕੱਲਾ ਚਿਹਰਾ ਹੀ ਦੇਖਣਾ ਪੁੱਤਰ? ਨਹੀਂ ਵੀਰੇ, ਮਿੱਟੀ ਵੀ ਹੋਵੇ ਵਿਚਾਰੇ ਦੀ, ਕਾਹ ਤੋਂ ਐਵੇਂ ਰੋਲੀ ਜਾਂਦੇ ਆ।
ਮਿੱਟੀ ਵਿਚਾਰੀ ਸਮੇਟੀ ਜਾਵੇ, ਤੁਸੀਂ ਚਾਹੁੰਦੇ ਹੋ ਕਿ ਸੰਸਕਾਰ ਜਲਦੀ ਹੋ ਜਾਵੇ? ਹਾਂ ਵੀ ਹੋ ਜਾਏ ਜਲਦੀ, ਮਿੱਟੀ ਛੇਤੀ ਸਮੇਟੀ ਜਾਵੇ। ਪਰ ਫਿਰ ਜਥੇਬੰਦੀਆਂ ਦੀ ਜਿਹੜੀ ਮੰਗ ਆ ਕੀ ਉਹ ਨਜਾਇਜ਼ ਆ, ਤੁਸੀਂ ਉਹਨੂੰ ਜਾਇਜ਼ ਨਹੀਂ ਸਮਝਦੇ? ਅਸੀਂ ਨਹੀਂ ਕਹਿੰਦੇ, ਮੈਂ ਨਹੀਂ ਵੀਰੇ ਕਹਿੰਦੀ ਕਿਸੇ ਜਥੇਬੰਦੀ ਦੀ, ਨਾ ਮੇਰੀ ਕੋਈ ਮੰਗ ਆ ਨਾ ਮੈਂ ਜਥੇਬੰਦੀ ਚ ਹੈਗੀ। ਨਹੀਂ ਤੇ ਬਾਕੀ ਦੇ ਰਿਸ਼ਤੇਦਾਰ ਜਿਹੜੇ ਬਾਕੀ ਦੇ ਰਿਸ਼ਤੇਦਾਰ ਨੇ ਉਹਨਾਂ ਬਾਰੇ ਕੀ ਕਹੋਗੇ? ਉਹਨਾਂ ਬਾਰੇ ਕਿਉਂ ਕਿਹਾ ਗਿਆ ਇਸ ਤਰੀਕੇ ਨਾਲ? ਸਭ ਪੈਸਿਆਂ ਦੇ ਭੁੱਖੇ ਨੇ, ਸਭ ਵੀਰੇ ਹੁਣ ਪੈਸਾ ਖੇਡ ਇਕੱਠਾ ਕਰਦੇ ਆ। ਹਾਂਜੀ ਹਾਂ, ਪੈਸੇ ਨੂੰ ਤਾਂ ਮਨਾ ਕਰ ਰਹੇ ਨੇ, ਕੌਂਟ ਦੇ ਰਹੇ ਨੇ, ਕਾਊਂਟ ਦੇ ਰਹੇ ਨੇ, ਕਾਊਂਟ ਫਿਰ ਵੀਰੇ ਪੈਸੇ ਨੂੰ ਮਨਾ ਕਰਦੇ ਆ ਤੇ ਕਾਊਂਟ ਮੋਬਾਈਲਾਂ ਤੇ, ਸਭ ਮੋਬਾਈਲਾਂ ਤੇ ਕਾਊਂਟ ਚੜੇ ਹੋਏ ਵੀਰੇ ਉਹਨਾਂ ਦੇ। ਨਹੀਂ ਜਦੋਂ ਤੁਹਾਡੇ ਨਾਲ ਸ਼ੁਭ ਦਾ ਕੋਈ ਕਨੈਕਸ਼ਨ ਨਹੀਂ ਸੀ, ਜਦੋਂ ਤੁਹਾਡੇ ਨਾਲ ਸ਼ੁਭ ਦਾ ਹੁਣ ਤੱਕ ਕੋਈ ਕਨੈਕਸ਼ਨ ਨਹੀਂ ਸੀਗਾ, ਪਰ ਫਿਰ ਉਹ ਕਿਸਾਨ ਜਥੇਬੰਦੀਆਂ ਕਹਿੰਦੇ ਨੇ ਕੋਈ ਸਾਡਾ ਸ਼ਹੀਦ ਆ, ਸਾਡੇ ਸੰਘਰਸ਼ ਦਾ ਸ਼ਹੀਦ ਆ, ਤਾਂ ਫਿਰ ਕਿਸਾਨ ਜਥੇਬੰਦੀ ਆਪਣੇ ਮੁਤਾਬਕ ਹੀ ਫੈਸਲਾ ਕਰੇ। ਮੈਂ ਮੇਰਾ ਪੁੱਤ ਨਹੀਂ, ਮੈਂ 9 ਮਹੀਨੇ ਢਿੱਡ 'ਚ ਨਹੀਂ ਰੱਖਿਆ। ਬਿਲਕੁਲ ਤੁਹਾਡਾ, ਪਰ ਤੁਹਾਡਾ ਸ਼ੁਭ ਨਾਲ ਹੁਣ ਜਥੇਬੰਦੀਆਂ ਤੇ ਜਥੇਬੰਦੀਆਂ ਨੇ ਉਹਦੇ ਨਾਲ ਧਰਨੇ ਦਿੱਤੇ ਵੀਰੇ, ਵੀ ਇਹਨਾਂ ਦੀ ਮਾਂ ਕਿੱਥੇ ਆ? ਉਦੋਂ ਸਹੀ ਪੁੱਛਦੇ ਵੀ ਮਾਂ ਕਿੱਥੇ ਆ, ਜਦੋਂ ਮੈਂ ਘਰੇ ਫੋਨ ਲਾਇਆ ਉਦੋਂ ਵੀ ਜਥੇਬੰਦੀਆਂ ਉੱਥੇ ਸੀ, ਉਦੋਂ ਪੁੱਛਦੀਆਂ ਵੀ ਮਾਂ ਦਾ ਫੋਨ ਆਇਆ। ਬੰਦਿਆਂ ਨੂੰ ਪਤਾ ਸੀਗਾ ਵੀ ਤੁਸੀਂ ਹੈਗੇ ਹੋ? ਸਾਰੇ ਪਿੰਡ 'ਚ ਪਤਾ ਵੀਰੇ ਵੀ ਜੇ ਮੈਂ ਜਿਉਂਦੀ ਹਾਂ, ਮੈਂ ਮਰੀ ਨਹੀਂ, ਜੇ ਮੈਂ ਮਰੀ ਹੋਵਾਂ ਤਾਂ ਸਾਰੇ ਪਿੰਡ 'ਚ ਪਤਾ ਹੋਵੇ ਮਰੀ ਆ, ਮੈਂ ਜਿਉਂਦੀ ਖੜੀ ਹਾਂ, ਖੁਦ ਆ ਗਈ ਹਾਂ ਮੈਂ ਆਪ ਜਿਉਂਦੀ ਕਰਕੇ ਆਈ। ਤੁਸੀਂ ਕਹਿੰਦੇ ਹੋ ਕਿ ਸਿਰਫ ਇੱਕ ਮਾਂ ਦਾ ਦਰਦ ਆ? ਹਾਂ ਵੀਰੇ, ਹਾਂ ਵੀਰੇ, ਸਿਰਫ ਇਹ ਚਾਹੁੰਦੇ ਹੋ ਵੀ ਮਿੱਟੀ ਨਾ ਖਰਾਬ, ਹਾਂ ਮਿੱਟੀ ਨਾ ਖਰਾਬ ਹੋਵੇ ਵੀਰੇ, ਬਸ ਮੇਰੇ ਪੁੱਤ ਦਾ ਜਲਦੀ ਤੋਂ ਜਲਦੀ ਸੰਸਕਾਰ ਹੋ ਜਿਹੜੀ ਪਰਿਵਾਰ ਨੂੰ ਮਦਦ ਤੁਸੀਂ ਦੇ ਰਹੇ ਹੋ ਉਹਦੇ ਬਾਰੇ ਕੀ ਕਹੋਗੇ? ਨਹੀਂ ਵੀਰੇ ਦੇਖਿਆ ਨਹੀਂ ਹਜੇ। ਤੁਸੀਂ ਮਦਦ, ਹਾਂ ਵੀਰੇ, ਤੁਹਾਨੂੰ ਜਿਹੜੀ ਮਦਦ ਦਾ ਐਲਾਨ ਕਰ ਰਹੀ ਹੈ ਸਰਕਾਰ, ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਵੀ ਮਿਲਣੀ? ਉਹ ਬਸ ਵੀਰੇ ਠੀਕ ਆ, ਮੇਰੀ ਗੁੜੀਆ ਨੂੰ ਸਰਕਾਰੀ ਨੌਕਰੀ ਮਿਲ ਜੇ ਜਿਹੜੀ ਸਰਕਾਰ ਨੇ ਮਦਦ ਕਰਤੀ ਵਧੀਆ। ਤੇ ਜਿਹੜੀ ਹੁਣ ਕਿਹਾ ਨਗਦ ਮਦਦ ਜਿਹੜੀ ਕਰ ਰਹੀ ਹੋ, ਨਗਦ ਮਦਦ ਹੁਣ ਕਿਹਦੇ ਵੱਲ ਜਾਏਗੀ? ਮਾਂ ਵੱਲ ਜਾਏਗੀ ਜਾਂ ਉਹਦੇ ਹੋਰ ਰਿਸ਼ਤੇਦਾਰਾਂ ਨੂੰ ਲੈਣਗੇ? ਉਹ ਜਿਵੇਂ ਸਰਕਾਰ ਦੀ ਮਰਜ਼ੀ। ਸ਼ੁਭਕਰਮਾ, ਤੁਹਾਡੀ ਗੱਲਬਾਤ ਹੁੰਦੀ ਸੀ ਸਰਕਾਰ ਨੇ? ਹਾਂ ਵੀਰੇ ਹੁੰਦੀ ਰਹਿੰਦੀ ਸੀ, ਹੁੰਦੀ ਰਹਿੰਦੀ ਸੀ। ਦਾਵਾ ਕਰਦੇ ਉਹਦੀ ਮਾਂ ਦੇ ਹੋਣ ਦਾ ਦਾਵਾ ਕਰਦੇ ਉਹਨਾਂ ਜਿਹੜੇ ਨਗਦ ਦੇ ਪੈਸੇ ਤੁਹਾਨੂੰ ਮਿਲਣ ਆਉਂਦਾ ਸੀ ਸ਼ੁਭਕਰਮ? ਹਾਂ ਵੀਰੇ ਆ ਜਾਂਦਾ ਸੀ, ਨਾਨਕੀ ਆਉਂਦਾ ਹੁੰਦਾ ਸੀ ਵੀਰੇ। ਹਾਂਜੀ, ਤੁਹਾਡਾ ਨਾਮ ਕੀ ਹੈ? ਤੁਸੀਂ ਵੀਰਪਾਲ ਕੌਰ। ਵੀਰਪਾਲ ਜੀ, ਹੁਣ ਮੇਰੀ ਨਗਦ ਮਿਲੇਗੀ ਉਹਦੇ, ਉਹਦਾ ਕੌਣ ਹੋਏਗਾ? ਤੁਸੀਂ ਮੁਆਵਜ਼ੇ ਦੀ ਗੱਲ ਕਰ ਰਹੇ ਹੋਗੇ, ਇਹ ਵੀ ਜਥੇਬੰਦੀਆਂ ਦੇ ਸੰਘਰਸ਼ ਕਰਨੀ ਮਿਲੇਗਾ ਜਿਹੜੀ ਪਰਿਵਾਰ ਨੂੰ ਤੁਸੀਂ ਨਕਾਰ ਰਹੇ ਹੋਗੇ ਵੀ ਜਥੇਬੰਦੀ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ? ਰੋਲ ਨਹੀਂ ਹੈਗਾ ਜਥੇਬੰਦੀਆਂ ਦੇ, ਦੋ ਪਾਸੇ ਦੀ ਗੇਮ ਖੇਡ ਰਹੇ ਹੋਗੇ? ਨਾ ਵੀਰੇ, ਮੈਂ ਕਿਸੇ ਕਿਨ ਗੇਮ ਜੇ ਤਾਂ ਮੈਂ ਕਿਸੇ ਗੇਮ ਚ ਆਈ ਹੋਵਾਂ ਫਿਰ ਤਾਂ ਮੈਂ ਗੇਮ ਖੇਡਾਂ? ਮੈਂ ਤਾਂ ਸਿਰਫ ਆਪਦੇ ਪੁੱਤ ਦੀ ਮਾਰੀ ਹੈ। ਮਤਲਬ ਤੁਹਾਨੂੰ ਮੁਆਵਜ਼ੇ ਦੀ ਵੀ ਗੱਲ ਕਰ ਰਹੇ ਹੋ ਤੇ ਦੂਜੇ ਪਾਸੇ ਤੁਸੀਂ ਕਹਿ ਰਹੇ ਹੋਗੇ ਕਿ ਇੱਥੇ ਅਸੀਂ ਜਥੇਬੰਦੀਆਂ ਨਾਲ ਸਾਡਾ ਕੋਈ ਤਾਲੁਕ ਨਹੀਂ? ਵੀਰੇ ਮੇਰਾ ਕਿਸੇ ਨਾਲ ਕੋਈ ਤਾਲੁਕ ਨਹੀਂ, ਮੇਰਾ ਇਹਨਾਂ ਦੇ ਮੈਂਬਰਾਂ ਨਾਲ ਹੀ ਹੈ, ਨਹੀਂ ਘਰਦਿਆਂ ਨਾਲ, ਤੇ ਜਥੇਬੰਦੀਆਂ ਨਾਲ ਤਾਂ ਮੈਂ ਕਰਨਾ ਨਹੀਂ। ਤੁਹਾਡੀ ਤੁਹਾਡੀ ਨਿੱਜੀ ਕੋਈ ਮੰਗ ਨਹੀਂ ਵੀ ਕੁਝ ਮਿਲੇ ਜਾਂ ਨਾ ਮਿਲੇ? ਨਹੀਂ ਮੇਰੀ ਕੋਈ ਮੰਗ ਨਹੀਂ, ਬਸ ਮੈਨੂੰ ਮੇਰੇ ਪੁੱਤ ਨੂੰ ਖਾਇਆ।